असलम नादरी मैं हूं आपका होस्ट सरदार शिबास और आप देख रहे हैं आज तक न्यूज़ पे अपना प्रोग्राम क्राइम इन्वेस्टिगेशन आज हम आपको एक ऐसे जुर्म के पर्दाफाश करेंगे यानी कि जो बहुत ही मजलूम लोगों के साथ यानी कि ज्यादा की गई है जी जी आपका क्या नाम है फरियाद अली जी फरियाद भाई आपके साथ किस तरह ज़्यादा की गई दो हज़ार सोलह तो जी साड़ी खाला तलाँ बेटा अगवा हुए हैं ਉਸ ਤੋਂ ਬਾਅਦ ਅਸੀਂ ਜਿਉਂ ਖਦਲ ਖਰਾਬ ਹੋਣ ਲੱਗੇ ਦਿਲਾ ਕਚਹਿਰੀਆਂ ਤੇ ਥਾਣਿਆਂ 'ਚ ਸਾਡੀ ਕਿਤੇ ਨਹੀਂ ਸੁਣਾਈ ਹੋਈ ਸਿਸ਼ਨ ਜੱਜ ਕਸੂਰ ਨੇ ਸਾਨੂੰ ਆਰਡਰ ਦਿੱਤੇ ਨੇ ਪਰਚੇ ਦੇ ਅਸੀਂ ਲੈ ਕੇ ਵਾਪਸ ਆਏ ਹਾਂ ਪੁਲਿਸ ਵਾਲਿਆਂ ਕੋਲ ਸਦਰ ਥਾਣਾ ਪਤੋ ਕੀ ਵੀ ਬਾਬਾ ਚੌਕੀ ਨਹੀਂ ਸਾਡੀ ਸੁਣਾਈ ਹੋਈ ਡੀਪੀਓ ਸਾਹਿਬ ਕੋ ਵੀ ਗਏ ਹਾਂ ਉਸ ਵਕਤ ਦੇ ਜਿਹੜੇ ਬਾਤਚਾਹ 2016 ਦੇ ਉਹਨਾਂ ਵੀ ਨਹੀਂ ਸਾਡੀ ਸੁਣਾਈ ਕੀਤੀ ਆਸਤਾ ਅੱਗੇ ਚੱਲਦੇ 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 ਅਸੀਂ ਹਾਈ ਕੋਰਟ ਪਹੁੰਚ ਗਏ ਹਾਂ ਜੀ 2000 21 ਦੇ ਚੌਥੇ ਮਹੀਨੇ ਦੀ 5 ਤਰੀਕ ਵਾਲੇ ਦਿਨ ਪਰਚਾ ਹੋਇਆ ਜੀ ਹਾਈ ਕੋਰਟ ਜੱਜ ਸਾਹਿਬ ਦੇ ਆਰਡਰ ਨਾਲ ਆ ਪਰਚੇ ਤੋਂ ਬਾਅਦ ਆਈਜੀ ਪੰਜਾਬ ਨੂੰ ਵੀ ਬੁਲਾਇਆ ਗਿਆ ਕਿ ਇਹ ਦੋ ਜੀ ਜਿਹੜੇ ਨੇ ਜ਼ਿੰਦਾ ਜਾਂ ਮਰਦਾ ਬਰਾਮਦ ਕਰੋ ਚਾਰ ਸਾਡੇ ਮੁਜਰਮ ਨੇ ਜੀ ਮਨੀਰ ਸ਼ਾ ਦਿਲਦਾਰ ਸ਼ਾ ਜੀ ਵੀ ਆਪਕੀ ਕਿਸੇ ਕੇ ਸਾਥ ਦੁਸ਼ਮਣੀ ਧੀ ਦੁਸ਼ਮਣੀ ਨਹੀਂ ਕੋਈ ਪੈਸੇ ਇਹਨਾਂ ਖਾਲਾਂ ਸਾਡੀ ਕੇ ਸਾਥ ਇਸ ਨੇ ਪੈਸੇ ਲਏ ਨੇ ਮਕਾਨ ਦੋ ਵੇਚੇ 17 ਲੱਖਾਂ ਇੱਕ 13 ਕਾ ਇਹਨਾਂ ਨੇ ਪੈਸੇ ਲੈਨੇ ਇਹਨਾਂ ਕੋ ਪਤਿਆਪਤੂ ਕੇ ਵੀ ਗੱਡੀਆਂ ਲੈਨੇ ਆ ਉਹਨਾਂ ਦਾ ਕਾਰੋਬਾਰ ਜ਼ਿਆਦਾ ਮਕਾਨ ਫੇਰ ਲੈ ਲਿਓ ਪੈਸੇ ਲੈਣ ਤੋਂ 4 ਮਹੀਨੇ ਬਾਅਦ ਖਾਲਾ ਨੇ ਔਰ ਖਾਲਾ ਦੇ ਬੇਟੇ ਨੇ ਸਾਡੀ ਇੱਕ ਫੌਤ ਕੀ ਹੋਈ ਆ ਵੀ ਵੱਡੇ ਚਾਰ ਚੱਕ ਬੀਬਾਬਾਦ ਦੇ ਨਾਲ ਚਾਰ ਚੱਕ ਪਿੰਡ ਆ ਉੱਥੇ ਜੀ ਉੱਥੇ ਜਾ ਕੇ ਸਾਰਾ ਪੇਤ ਖੁੱਲਿਆ ਵੀ ਸ਼ਾਵਾਂ ਪੈਸੇ ਲੈਏ ਨੇ ਉਸ ਤੋਂ ਬਾਅਦ 2 ਤੋਂ 3 ਦਿਨ ਬਾਅਦ ਖਾਲਾ ਤੇ ਖਾਲਾ ਦਾ ਬੇਟਾ ਗਵਾ ਹੋ ਗਏ ਨੇ ਅੱਜ ਤੱਕ ਸਾਨੂੰ ਕੋਈ ਨਾਂ ਇਨਸਾਫ ਮਿਲਿਆ ਨਾ ਸਾਨੂੰ ਕੋਈ ਆਪਕੋ ਕੌਨਫੀਡੈਂਸ ਹੈ ਪੂਰਾ ਸ਼ੱਕ ਨਹੀਂ ਹੈ ਕਿ ਬਲੀਵ ਹੈ ਕਿ ਯਾਨੀ ਕਿ ਸ਼ਾਹ ਬਿਲਕੁਲ 110% ਜਿਹੜੇ ਨੇ ਜੀ ਮਨੀਰ ਸ਼ਾਹ ਦਿਲਦਾਰ ਸ਼ਾਹ ਤੇ ਅਮੀਨ ਸ਼ਾਹ ਤੇ ਅਮੀਨ ਸ਼ਾਹ ਦੀ ਬੀਵੀ ਇਹ ਚਾਰ ਲੋਕ ਜਿਹੜੇ ਨੇ ਚੌਹਾਂ ਦਾ ਇਹਨਾਂ ਦਾ ਸਾਰਾ ਮਾਮਲਾ ਇਹਨਾਂ ਪੈਸੇ ਲਏ ਨੇ ਲੈ ਕੇ ਜਿਸ ਦਿਨ ਪੈਸੇ ਓਪਨ ਹੋਏ ਨੇ ਵੀ ਕਿਨੂੰ ਦਿੱਤੇ ਨੇ ਉਸ ਤੋਂ 2 ਤੋਂ 3 ਦਿਨ ਬਾਅਦ ਮੰਨ ਲਓ ਖਾਲਾਂ ਦੇ ਖਾਲਾਂ ਦੇ ਬੇਟਾ ਅਗਵਾ ਹੋ ਗਏ ਨੇ ਇਹਨਾਂ ਦੇ ਡਰ ਦੇ ਖੌਫ ਨਾਲ ਦੂਸਰਿਆਂ ਤੀਸਰਿਆਂ ਕੋਈ ਨਹੀਂ ਬੰਦਾ ਮਨ ਪਾਸਾ ਮਾਰਦਾ ਪੁਲਿਸ ਜਿੱਥੇ ਵੀ ਜਾਂਦੀ ਆ ਇਹ ਪੈਸੇ ਦਿੰਦੇ ਨੇ ਜਾਨ ਚੜਾ ਲੈਂਦੇ ਨੇ ਪੈਸੇ ਦਿੰਦੇ ਨੇ ਜਾਨ ਚੜਾ ਲੈਂਦੇ ਨੇ ਅੱਜ ਅੱਜ ਦੇ ਜਿਹੜਾ ਦੇਣਿਆ ਇਹ ਦੇਖ ਲਓ ਵੀ ਅਸੀਂ ਕਸੂਰ ਵੀ ਪੇਛ ਹੋਏ ਆ ਡੀਪੀਓ ਸਾਹਿਬ ਦੇ ਡੀਐਸਪੀ ਸਾਹਿਬ ਦੇ ਵੀ ਕਿਤੇ ਸਾਨੂੰ ਇਨਸਾਫ ਨਹੀਂ ਮਿਲਦਾ ਜਿੱਥੋਂ ਸਾਨੂੰ ਇਨਸਾਫ ਮਿਲਿਆ ਪਰਚੇ ਦਾ ਉਥੇ ਵੀ ਇਹ ਜਿਹੜਾ ਅਮੀਨ ਚੌਕੀ ਨਿਚਾਰਜ ਤੇ ਸਦਰ ਥਾਣਾ ਐਸਐਚਓ ਆਦਰ ਸਰ ਐਸਐਚਓ ਆ ਉਹ ਸਾਨੂੰ ਗਾਲ੍ਹਾਂ ਕੱਢਦੇ ਸੀ ਜੱਜਾਂ ਨੂੰ ਵੀ ਪੀ ਆਰ ਐ ਜੱਜ ਕੀ ਨੇ ਸਾਨੂੰ ਇਹਨਾਂ ਮੁਸੀਬਤ ਪਾਈ ਆ ਅਸੀਂ ਉਹਨਾਂ ਨਾਲ ਬੋਲੇ ਆ ਵੀ ਅਸਾਂ ਨੂੰ ਜਿੱਥੋਂ ਇਨਸਾਫ਼ ਮਿਲਦਾ ਤੁਸੀਂ ਸਾਡੇ ਮੂੰਹ ਤੇ ਗਾਲ੍ਹਾਂ ਕੱਢਦੇ ਜੇ ਠੀਕ ਆ ਜੀ ਉਥੋਂ ਅਸੀਂ ਰੋਲ ਦੇ ਖੋਲਦੇ ਸਾਡੀ ਨਹੀਂ ਕੋਈ ਵੀ ਸੁਣਾਈ ਪੁਲਿਸ ਨੇ ਵੀ ਆਪਕੋ سپورਟ ਨਹੀਂ ਕੀਤਾ ਨਹੀਂ ਪੁਲਿਸ ਬਸ ਮੀਨ ਜਿਹੜਾ ਮੀਨ ਹੈ ਚੌਕੀਨ ਚਾਰਜ ਉਹਦਾ ਸਾਰਾ ਕਰਤਾਰ ਹੈ ਉਹਨੇ ਪੈਸੇ ਲੈ ਕੇ ਖਾਲੇ ਨੇ ਸਾਨੂੰ ਗਾਲ੍ਹਾਂ ਕੱਢਦਾ ਛਿੜਕਾਂ ਦਿੰਦਾ ਉਲਟਾ ਆਂਦਾ ਤੁਸੀਂ ਆਉਂਦੇ ਨਹੀਂ ਅਜੀ ਜਿਹੜਾ ਜੋ ਮੁਜਰਮ ਪਾਰਟੀ ਹੈ ਉਹਨੂੰ ਸਪੋਰਟ ਕਰ ਰਹੇ ਉਹਨਾਂ ਦੀ ਸਪੋਰਟ ਫੁੱਲ ਫੁੱਲ ਸਪੋਰਟ ਕਰਦਾ ਜੀ ਉਹਨਾਂ ਕੋ ਸਮਾਨ ਬਰਾਮਤ ਹੁੰਦਾ ਵਾ ਅਸੀਂ ਆਨੇ ਆਂ ਕਿ ਉਹ ਜਗ੍ਹਾ ਤੇ ਜਾ ਕੇ ਵੇਖੋ ਇਹਨਾਂ ਸਮਾਨ ਇਹਨਾਂ ਚੋਕੇ ਖੜਿਆ ਉਹ ਮੰਨੇ ਵੀ ਨਹੀਂ ਤੇ ਫਿਰ ਇਹ ਜਿਹੜਾ ਚੌਕੀਨ ਚਾਰਿਆ ਜਾਂਦਾ ਨਹੀਂ ਉਹਨਾਂ ਕੋ ਸਮਾਨ ਨਹੀਂ ਇੱਕ ਬੀਬੀ ਹੈ ਇਹਨਾਂ ਦੇ ਵਿੱਚ ਜਿਹੜੀ ਬੀਬੀ ਪਹਿਲੇ ਦਿਨ ਤੋਂ ਲੈ ਕੇ ਐਂਡ ਤੱਕ ਉਹ ਵਕੂਏ ਦੇ ਵਿੱਚ ਸ਼ਾਮਲ ਆ ਉਹ ਬੀਬੀ ਜਿਹੜੇ ਦਿਲਦਾਰ ਸ਼ ਉਹ ਬੀਬੀ ਦਾ ਬੀਬੀ ਦਾ ਕੀ ਨਾਮ ਹੈ ਉਹ ਸੁਗਰਾ ਬੀਬੀ ਉਹ ਬੀਬੀ ਸੁਗਰਾ ਬੀਬੀ ਠੀਕ ਹੈ ਜੀ ਇਹ ਦਿਲਦਾਰ ਸ਼ਾਹ ਦੇ ਨਾਲ ਉਹਦੇ ਤਲਕ ਸਨ 8 ਸਾਲ ਉਹ 7 ਸਾਲ ਉਹਦੇ ਘਰ ਵੱਸ ਕੇ ਗਈ ਆ ਉਸ ਬੀਬੀ ਦੇ ਅਸੀਂ ਘਰ ਗਏ ਆ ਮਗਰ ਉਹ ਪੁਲਿਸ ਵਾਲਿਆਂ ਉਸ ਬੀਬੀ ਨੂੰ ਫੋਨ ਕਰਾਇਆ ਬੰਦਾ ਸਾਡਾ ਅੰਦਰ ਫੜਿਆ ਗ੍ਰਿਫਤਾਰ ਆ ਦਿਲਦਾਰ ਸ਼ਾਹ ਤੇ ਮੀਨ ਸ਼ਾਹ ਪਰ ਫੋਨ ਕਰਵਾ ਕੇ ਉਹ ਬੀਬੀ ਵੀ ਮੁਕਰ ਗਈ ਆ ਹੁਣ ਬੀਬੀ ਉਹਨਾਂ ਦੇ ਨਾਲ ਆ ਸਮਾਨ ਸਾਡਾ ਉਸ ਬੀਬੀ ਦੇ ਕੋਲ ਆ ਇਹਨਾਂ ਚੁੱਕ ਕੇ ਖੜਿਆ ਸਾਨੂੰ ਪੁਲਿਸ ਜਿਹੜੀ ਆ ਕੋਈ ਨਿਆਂ ਨਹੀਂ ਦਿੰਦੀ ਨਾ ਸਾਨੂੰ ਅੱਜ ਤੱਕ ਮਿਲਿਆ ਅੱਗੋਂ ਅਸੀਂ ਅਨੇ ਅੱਲਾਹ ਕਰੇ ਕੋਈ ਸਾਨੂੰ ਇਮਾਨਦਾਰ ਅਫਸਰ ਐਜ਼ਾ ਮਿਲੇ ਜਿਹੜਾ ਸਾਨੂੰ ਇਨਸਾਫ ਲਾਇ ਦਵੇ ਸਾਡੇ ਦੋ ਜੀ ਨੇ ਖਾਲਾਂ ਤੇ ਇਨਸਾਫ ਕੀ ਅਪੀਲ ਜਾਤੇ ਆ ਯਾਨੀ ਕਿ ਜਦ ਉਹਨਾਂ ਨੇ ਸਮਾਨ ਵਗੈਰਾ ਉਠਾਇਆ ਉਸ ਤੋਂ ਕੋਈ ਐਲੇ ਇਲਾਕਾ ਜਾਂ ਕੁਝ ਲੋਥੇ ਲਾ ਕੇ ਸਾਰੇ ਲੋਕ ਦੇਖਦੇ ਨੇ ਆਉਂਦੇ ਨੇ ਪਰ ਪੁਲਿਸ ਨਹੀਂ ਮੰਨਦੀ ਆਉਂਦੇ ਨਹੀਂ ਜੀ ਉਹਨਾਂ ਮਾਂ ਬੇਟੇ ਨੇ ਖੜਿਆ ਇਹ ਜਿਹੜੀ ਹੈਗੀ ਨਾ ਜੀ ਬੀਬੀ ਆਪਣਾ ਸੋਗਰਾ ਇਹ ਸੁਗਰਾ ਬੀਬੀ ਤੇ ਦਾ ਇੱਕ ਬੇਟਾ ਵਾ ਉਹਨੇ ਸਮਾਨ ਚੁੱਕ ਕੇ ਰੇੜੀ ਤੇ ਲੱਦ ਕੇ ਖੜਿਆ ਜੋ ਐਫ ਆਈ ਆਰ ਆਪकी ਗਾੜੀ ਕੀ ਚਾਰਮਾ ਪਹਿਲੇ ਕਾਟੀ ਹੈ ਚਾਰਮਾ ਨਹੀਂ ਚੌਥੇ ਮਹੀਨੇ ਦੀ ਪੰਜਵੀਂ ਤਰੀਕ ਤੇ ਕੱਟੀ ਹੋਣੀ ਚਾਰਮਾ ਦੀ 5 ਤਰੀਕ ਨੂੰ ਕੱਟੀ ਗਈ ਆ ਹਾਂ ਜੀ ਮੈਂ ਇਨਵੈਸਟੀਗੇਸ਼ਨ ਇਨਚਾਰਜ ਜੋ ਹੈ ਉਹਨਾਂ ਦਾ ਕੀ ਨਾਮ ਹੈ ਜਿਹੜੇ ਕਿ ਇਨਵੈਸਟੀਗੇਸ਼ਨ ਜੋ ਕਰ ਰਿਹਾ ਹੈ ਕੇਸ ਚੌਕੀ ਇਨਚਾਰਜ ਇਹ ਹੈਗਾ ਜੀ ਅਮੀਨ 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 ਕੇ ਪਾਸ ਇਹ ਕੇਸ ਹੈ ਹਾਂ ਜੀ ਐਫ ਆਈ ਆਰ ਅਮੀਨ ਕੇ ਪਾਸ ਹੈ ਤੋ ਉਹ ਕਿਸੇ ਕਿਸਮ ਦੀ ਆਪੀ سپورਟ ਨਹੀਂ ਕਰ ਰਹਾ ਨਹੀਂ ਉਹ ਕਿਸੇ ਤੁਹਾਨੂੰ ਅਗੋ ਲਾਨ ਤਾਂ ਪਾਉਂਦਾ ਛਿੜਕਾ ਦੇਣਾ ਆਂਦਾ ਤੁਹਾਡੀ ਗੰਦੀ ਸੀ ਤੁਸੀਂ ਉਹਨੂੰ ਜੋ ਮਰਜ਼ੀ ਕਰਦੇ ਮੈਂ ਕਿਹਾ ਸਾਡੀ ਗੰਦੀ ਨਹੀਂ ਸਾਡੇ ਤਲਕ ਸੀ ਇਹਦੇ ਨਾਲ ਸਾਨੂੰ ਉਹ ਠੀਕ ਸੀ ਸਾਡੀ ਮਾਂ ਵਾਂ ਖਾਲਾ ਵਾਂ ਖਾਲਾ ਦਾ ਬੇਟਾ ਉਹ ਯਤੀਮ ਔਰਤ ਯਤੀਮ ਬੱਚਾ ਤੇ ਯਤੀਮ ਜਿਹੜੀ ਆ ਨਾ ਇੱਕ ਖਾਲਾ ਦਾ ਬੱਚੀ ਬੱਚਾ-ਬੱਚਾ ਪਲਿਆ ਵਾ ਇਹਦੇ ਵਿੱਚ ਬੇਵਾ ਔਰਤ ਆ ਇਹਦੇ ਖਾਲਾ ਸਾਡੀ ਨੂੰ ਤਲਾਕशुदा ਵਾ ਇਹ ਛੋਟਾ ਜਿਹਾ ਬੱਚਾ ਜਤੀਮ ਪੜਿਆ ਇਸ ਕਰਕੇ ਜਿਹੜਾ ਮੇਰੀ ਖਾਲਾ ਦਾ ਬੇਟਾ ਵੀ ਆ ਮੇਰਾ ਚਾਚੂ ਆ ਮੇਰੇ ਚਾਚੂ ਦਾ ਬੇਟਾ ਵੀ ਲੱਗਦਾ ਮੈਨੂੰ ਇੱਕ ਦਿਲੀ ਇਨਸਾਨੀ ਹਕੂਕਾਂ ਦੇ ਨਾਲ ਮੈਨੂੰ ਹਮਦਰਦੀ ਆ ਵੀ ਮੇਰੀ ਖਾਲਾ ਜਾਂ ਖਾਲਾ ਦਾ ਬੇਟਾ ਇਹ ਜ਼ਿੰਦਾ ਜਾਂ ਮਰਦਾ ਚਾਹੀ ਦੇ ਰੇ ਇਹ ਜਿਹੜੇ ਨੇ ਪ੍ਰੈਸ਼ਰ ਪਾਉਂਦੇ ਨੇ ਉੱਥੇ ਜਾਂਦੇ ਆ ਕੋ ਟੌਰਚਰ ਕਰਤੇ ਨੇ ਟਿਚਗਰਾਮੀ ਕਰਦੇ ਨੇ ਬੰਦੇ ਮਗਰ ਲਾਉਂਦੇ ਨੇ ਵੀ ਅਸੀਂ ਉਹਨਾਂ ਨੂੰ ਜੋ ਕੀਤਾ ਤੇ ਤੈਨੂੰ ਵੀ ਮਾਰ ਸਕਨੇ ਆ ਫੇਰੇ ਮੇਰੇ ਮਗਰ ਗਏ ਨੇ ਜਿਹੜਾ ਚੌਕੀ ਚਾਰਾ ਜੀ ਮੀਨ ਆ ਇਹ ਫੋਲ ਉਹਨਾਂ ਦੇ ਨਾਲ ਸਪੋਰਟਰ ਆਪੀ ਰਾਤ ਦੇ ਆਵੇ ਇਹਨੂੰ ਆਂਦਾ ਯਾਰ ਤੁਸੀਂ ਇਹਨੂੰ ਫੈਰ ਮਾਰ ਕੇ ਪਰਾਂ ਕਰ ਦਿਓ ਇਹ ਆਪਕਾ ਕਹਨੇ ਦਾ ਮਤਲਬ ਹੈ ਯਾਨੀ ਕਿ ਜਬ ਜਬ ਉਹਨੂੰ ਪਕੜਾ ਗਿਆ ਜਾਂ ਗਵਾ ਕੀਤਾ ਗਿਆ ਜਾਂ ਉਹਨੂੰ ਮਾਰਾ ਗਿਆ ਕੇ ਅਮੀਨ ਬਰਾਬਰ ਦਾ ਇਨਕੇ ਸਾਥ ਸ਼ਰੀਕ ਹੈ ਅਮੀਨ ਅਭੀ ਅਜ 2021 ਦੇ ਚੌਥੇ ਮਹੀਨੇ ਦੀ 5 ਤਰੀਕ ਦਾ ਜਿਸ ਦਿਨ ਪਰਚਾ ਅਡੇ ਆਰਡਰ ਹੋ ਗਏ ਨੇ ਨਾ ਉਸ ਦਿਨ ਸਮਝ ਲਓ ਵੀ ਸਾਡੇ ਸ਼ਾਹ ਜਿਹੜੇ ਨੇ ਮੁਜਰਮ ਨਹੀਂ ਅਮੀਨ ਅਸੀਂ ਮੀਨ ਦੇ ਖੁਦ ਮੂੰਹ ਤੇ ਆਖਿਆ ਕੱਲ ਵੀ ਰੋਜ਼ ਹਨ ਮੀਨਵਾਂ ਨੇ ਪੈਸੇ ਨਾ ਲੈ ਅੱਲਾਹ ਵਾਸਤੇ ਸਾਡੇ ਜੀ ਜਿੰਦਾ ਜਾਂ ਮਰਦਾ ਬਰਾਮਦ ਕਰ ਜਿੱਥੋਂ ਵੀ ਲੱਭਦੇ ਨੇ ਉਹਦੀ ਤਫਸ਼ੀਸ਼ ਨਹੀਂ ਕੀਤੀ ਉਹ ਪਰੌਣੇ ਤਰ੍ਹਾਂ ਭਾਏ ਨੇ ਠੀਕ ਹੈ ਜੀ ਕੋਈ ਗਾ ਉਹ ਰਾਤ ਨੂੰ ਘਰ ਚਲੇ ਜਾਂਦੇ ਨੇ ਦਿਨੇ ਜਣੇ ਚੌਕੀ ਆਣ ਕੇ ਬੈਠੇ ਨੇ ਚਾਹਾਂ ਪੀਂਦੇ ਨੇ ਅੱਗੇ ਪਿੱਛੇ ਇਹ ਉਹ ਹਰ ਬੰਦੇ ਨੂੰ ਉੱਥੇ ਜਿੱਥੇ ਮਰਜੀ ਜਾ ਕੇ ਤਸਦੀਕ ਕਰ ਲੈਣ ਵੀ ਕੋਈ ਉਹਨਾਂ ਨੂੰ ਅਸਰ ਤਰੂਗ ਨਹੀਂ ਤਫਸ਼ੀਸ਼ ਹੋ ਜਾਵੇ ਇਹ ਚੌਕੀ ਇਨਚਾਰਜ 5 ਮਿੰਟ ਸਿਰਫ 5 ਮਿੰਟ ਉਹਨਾਂ ਦੀ ਤਫਸ਼ੀਸ਼ ਕਰ ਲੈ ਹਰ ਸ਼ੈ ਉਹਨਾਂ ਕੋ ਬਰਾਮਤ ਹੁੰਦੀ ਆ ਚੌਹਾਂ ਜੀਆਂ ਕੋ ਮੁਹੰਮਦ ਮੀਨ ਮੀਨ ਸ਼ਾਹ ਕੋ ਦਲਦਾਰ ਸ਼ਾਹ ਕੋ ਮਨੀਰ ਸ਼ਾਹ ਕੋ ਤੇ ਮੀਨ ਸ਼ਾਹ ਦੀ ਬੀਵੀ ਕੋ ਬਲਕਾ ਫਿਰ ਉਹ ਸਾਡੇ ਮੁਜਰਮ ਨੇ ਪੁਲਿਸ ਆਂਦੀ ਹੈ ਨਹੀਂ ਪੁਲਿਸਾਂ ਨੂੰ ਆਂਦੀ ਆ ਅੱਜ ਵੀ ਸਵੇਰ ਸਵੇਰ ਗੱਲ ਹੋਈ ਆ ਆਂਦਾ ਆ ਮੈਂ ਉਹਨਾਂ ਕੋ ਤੈਨੂੰ ਨਿਆ ਲੈ ਦਿੰਨਾ ਮੈਂ ਕਹਾ ਨਿਆ ਕਾਦਾ ਉਹਨਾਂ ਨੇ ਤੇ ਅਸੀਂ ਕਹੀਏ ਤੇ ਸਾਰਾ ਕੁਰਾਨ ਪਾਕ ਸਿਰ ਤੇ ਚੁੱਕ ਲੈਣਗੇ ਪਰ ਅੱਲਾ ਮਾਫੀ ਦੇਵੇ ਅਸੀਂ ਇਹ ਗੱਲ ਨਹੀਂ ਆਂਦੇ ਅਸੀਂ ਆਨੇ ਵੀ ਜੋ ਸਾਡਾ ਹੱਕ ਸੱਚਾ ਤੂੰ ਕਰ ਤੂੰ ਸਾਡੇ ਨਾਲ ਗੱਲ ਕਰ ਵੀ ਸਾਡਾ ਕੀ ਕਰਨਾ ਬਾਰ ਕਾ ਫੰਦਾ ਠੀਕ ਆ ਜੀ ਮੈਂ ਤੁਹਾਡਾ ਜਿਹੜਾ ਵੀ ਆ ਜੋ ਵੀ ਆ ਸਾਨੂੰ ਬਸ ਉਹ ਲollipops ਵੀ ਆ ਖਾ ਲੋ ਆ ਲੈ ਲੋ ਐਸ ਤਰ੍ਹਾਂ ਕਰ ਲੋ ਉਹਨਾਂ ਕੋ ਪੈਸੇ ਲੈ ਕੇ ਖਾਈ ਜਾਂਦੇ ਸਾਨੂੰ ਅੱਲਾ ਵਾਸਤੇ ਇਹ ਦੋ ਜੀ ਬਰਾਮਦ ਚਾਹੀਦੇ ਨੇ ਮੇਰੀ ਖਾਲਾ ਤੇ ਖਾਲਾ ਦਾ ਬੇਟਾ ਇਹ ਚਾਚੂ ਦਾ ਬੇਟਾ ਵੀ ਇਹ ਯਤੀਮ ਪੜਿਆ ਹੋਇਆ ਇਹਦੇ ਨਾਲ ਸਾਨੂੰ ਦਿਲ ਹੀ ਅਮਰਦੀ ਆ ਬਾਕੀ ਕਿਸੇ ਸ਼ਾਦੀ ਕੋਈ ਜ਼ਰੂਰਤ ਨਹੀਂ ਸਾਨੂੰ ਜੀ ਸਾਡੇ ਜ਼ਿੰਦਾ ਜਾਂ ਮਰਦਾ ਜਿੱਥੇ ਵੀ ਨਹੀਂ ਜੇ ਕੋਈ ਇਸ ਦੁਨੀਆ ਦੇ ਉੱਤੇ ਅੱਲਾ ਵਾਸਤੇ ਕਰਕੇ ਇਨਸਾਨ ਆ ਨਾ ਜੀ ਨੇਕ ਜਿੰਨੂੰ ਰੱਬ ਨੇ ਇਮਾਨ ਦੀ ਰਤੀ ਦਿੱਤੀ ਹੋਵੇ ਉਹ ਸਾਡਾ ਸਾਬ ਇਨਸਪੈਕਟਰ ਆ ਜਿਹੜਾ ਵੀ ਹੋਵੇ ਪੁਲਿਸ ਅਫਸਰ ਉਹ ਸਾਨੂੰ ਬਰਾਮਦ ਕਰਕੇ ਦੇ ਸਕਦਾ 1 ਘੰਟੇ ਦੇ ਅੰਦਰ ਅੰਦਰ ਸਾਡੇ ਸਾਰਿਆਂ ਦੀਆਂ ਪਰੇਸ਼ਾਨੀਆਂ ਮੁੱਕ ਸਕਦੀਆਂ ਸਾਡੇ ਕਿੰਨੇ ਜੀ ਇਨਾਂ ਟੈਨਸ਼ਨਾਂ ਨਾਲ ਫੋਟ ਹੋ ਚੁੱਕੇ ਨੇ ਜਿਹੜੇ ਅੱਜ ਤੱਕ ਲੱਭਦੇ ਰਹੇ ਨੇ ਵੀ ਕਿੱਧਰ ਹੀ ਖਾਲਾਂ ਰਜ਼ੀਆ ਤੇ ਆਪਣਾ ਮੁਹੰਮਦ ਸ਼ਬਾਦ ਉਹ ਨਹੀਂ ਮਿਲ ਸਕੇ ਇਹ ਸਿਰਫ ਪੁਲਿਸ ਦੀ ਮਿਹਰਬਾਨੀ ਆ 2016 ਤੋਂ ਲੈ ਕੇ ਅੱਜ ਤੱਕ ਇਹਨਾਂ ਨੱਪੇ ਨੇ ਅਗਰ ਪੁਲਿਸ ਚਾਵੇ ਇਦੇ ਵਿੱਚ ਆਈਜੀ ਪੰਜਾਬ ਜਿਹੜੇ ਨੇ ਸਾਹਿਬ ਉਹਨਾਂ ਨੂੰ ਜੈ ਸਾਹਿਬ ਨੇ ਬੁਲਾਇਆ ਉਹਨਾਂ ਨੂੰ ਆਣ ਕੇ ਰਵਖਸ਼ਤ ਕੀਤੀ ਵੀ ਇਹ ਲੱਭ ਕੇ ਦਿਓ ਉਹਨਾਂ ਕਹਿੰਦੇ ਜੀ ਥਲੜਾ ਅੰਬਲਾ ਨਹੀਂ ਸਾਡਾ ਠੀਕ ਜਿਹੜਾ ਸਾਡਾ ਅੰਬਲਾ ਵਾ ਉਹ ਖਰਾਬ ਆ ਫਿਰ ਆਈਜੀ ਸਾਹਿਬ ਕੋ ਕਹਿੰਿਆ ਦਰਖਾਸਤ ਲਾ ਕੇ ਫਿਰ ਉਹਨਾਂ ਕਿਹਾ ਬਰਕਾ ਜਿਹੜਾ ਮੀਨ ਚੌਕੀ ਨਚਾਰੇ ਤੇ ਸਾਹਿਬ ਆਪਣਾ ਐਸਐਚਓ ਸਾਹਿਬ ਨਾਲ ਸਦਰ ਤਾਣਾ ਪੱਤੋਗੀ ਉਹ ਨਹੀਂ ਸਾਡੀ ਕੋਈ ਵੀ ਸੁਣਾਈ ਕਰਦੇ ਉਹ ਪੈਸੇ ਲੈ ਕੇ ਖਾਦੀ ਜਾਂਦੇ ਨੇ ਨਹੀਂ ਸਾਡੀ ਕੋਈ ਸੁਣਾਈ ਕਰਦੇ ਉਹਨਾਂ ਕੋ ਹੱਕ ਆਰਾਮ ਦੇ ਪੈਸੇ ਆਏ ਨੇ ਉਹਨਾਂ ਖਾਦੇ ਨੇ ਉਹ ਲੌਂਡ ਐ ਨੇ ਸਾਡੇ ਕੋ ਨਹੀਂ ਆ ਗਏ ਅਸੀਂ ਤੇ ਆਪਣੀ ਮਿਹਨਤ ਇਸ ਗੱਲ ਦੀ ਤਸਦੀਕ ਕਰ ਲੈਣ ਵੀ ਮੈਂ ਬਜ਼ਾਅਤੇ ਖੁਦ ਆਪਣੀ ਤੈਤ ਆਪਣੀ ਮਦਦ ਮੈਂ ਆਪਣਾ ਖਰਚਾ ਜੇਬ ਚੋਂ ਕਰਨਾ ਜਿਹੜੇ ਸਾਡੀ ਖਾਲਾਂ ਦੇ ਬਰਤਨਾਂ ਦਾ ਕਾਰੋਬਾਰ ਸੀ ਇਸ ਸ਼ਬਾਜ਼ਾਤ ਖਾਲਾਂ ਰਜ਼ੀਆ ਦਾ ਦੁਕਾਨ ਸੀ ਉਹਦੀ ਅਮਾਨਤ ਪਈ ਆ ਕਿਸੇ ਕੋ ਨਾ ਉਹਦੇ ਭਰਾਵਾਂ ਵੇਚ ਕੇ ਰੱਖੀ ਉਹਦਾ ਪੈਸਾ ਉਸੇ ਤਰ੍ਹਾਂ ਅਮਾਨਤ ਆਉ ਨਹੀਂ ਲਾਇਆ ਮੈਂ ਆਪਣੀ ਜੇਬ ਚੋਂ ਖਰਚ ਕਰ ਲਿਆ ਅੱਲਾਹ ਵਾਸਤੇ ਕਰਕੇ ਕੋਈ ਇਹ ਜਿਹੜਾ ਅਫਸਰਾਨ ਆ ਨਾ ਜਿਹਦੇ ਵਿੱਚ ਅਮਾਨ ਦੀ ਰੱਤੀ ਹੋਵੇ ਜਿਹਦੇ ਸਾਡੇ ਸਾਡਾ ਮੁਲਕ ਜਿਹੜਾ ਕਾਇਮ ਆ ਸਾਨੂੰ ਅੱਲਾ ਵਾਸਤੇ ਇੱਕ ਅ fırsਰੋ ਦਿੱਤਾ ਜਾਵੇ ਇੱਕ ਘੰਟੇ ਵਾਸਤੇ ਭਾਵੇਂ ਦਿੱਤਾ ਜਾਵੇ ਵੀ ਜਿਹੜਾ ਸਾਡੇ ਜੀ ਜ਼ਿੰਦਾ ਜਾਂ ਮਰਦਾ ਬਰਾਮਤ ਕਰਦੇ जी इनका कहने का मतलब है कि हमारे साथ ज़्यादा हम गरीब लोग हैं मज़लूम लोग हैं लेकिन वो ज़्यादा स्ट्रॉग हैं उन्होंने मेरी खाला और मेरे खाला खालाजाद यानी कि बेटे को यानी कि हमें वर्गलाया उन्हें मारा गया पता नहीं वो जिंदा हैं भी या नहीं हैं इस वजह से हम इन इसके बाद थोड़ा सा छोटा सा ब्रेक लेते हैं उसके बाद हम अहले इलाका से पूछेंगे कि क्या वाकई न...